ਅੱਛਾ ਰਾਜੋ ਵੇਰੋ ਹੈ ਜੀ, ਇਹ ਵੀ ਨਿਸ਼ਾਨੀ ਹੈ, ਪੂਰੀ ਬੁੱਕ 'ਚ ਹੀ ਵੇਰੋ ਹੈ। ਇਸ ਸਵਾਲ 'ਚ ਕਹੇਗਾ ਕਿ ਅਗਰ ਤੂੰ ਸਾਰੀ ਮੋਰਕੀ ਦੇ ਵਿੱਚ ਕੋਈ ਪਾਣੀ ਭਰੇ ਹੈ, ਲੀਕੁਇਡ ਮੈਨੇ ਪਾਣੀ, ਅਤੇ ਫਿਰ ਉਹ ਪਾਣੀ ਬੜਾ ਛੱਲਾ ਮਾਰਦਾ ਹੈ ਔਰ ਤੁਹਾਡੀ ਗੱਡੀ ਨੂੰ, ਇਹ ਜਿਸ ਤਰ੍ਹਾਂ ਫੋਟੋ ਦੇਖ ਰਹੇ ਹੋ, ਹੁਣ ਇਹਦੇ ਵਿੱਚ ਜ਼ਾਹਿਰ ਕੋਈ ਲੀਕੁਇਡ ਭਰੇ ਆ ਤੁਸੀਂ, ਹੋ ਸਕਦਾ ਪਾਣੀ ਹੋਵੇ, ਹੋ ਸਕਦਾ ਆਇਲ ਹੋਵੇ, ਅਤੇ ਜਦੋਂ ਰੇਸ ਦਿਓਗੇ ਟਰੈਕਟਰ ਨੂੰ ਇੱਕਦਮ ਉਹ ਛੱਲ ਮਾਰ ਕੇ ਪਿਛਾਂ ਨੂੰ ਜਾਏਗਾ, ਬ੍ਰੇਕ ਮਾਰੋਗੇ ਅੱਗੇ ਆਏਗਾ, ਮੋੜ ਮੁੜੋਗੇ ਪਰਾਂ ਜਾਏਗਾ, ਹੈ ਨਾ। ਅਤੇ ਅਗਰ ਤੁਸੀਂ ਰਿਮੋਰਕੀ 'ਚ ਲੀਕੁਇਡ ਭਰਿਆ ਹੋਇਆ, ਰੇਸ ਬ੍ਰੇਕ ਦੇ ਟਾਈਮ ਬੜਾ ਧਿਆਨ ਕਰੋ, ਉਹ ਛੱਲਾਂ ਮਾਰ ਕੇ ਹੋ ਸਕਦਾ ਉਲਟਾ ਦੇ ਤੁਹਾਡੀ ਗੱਡੀ ਨੂੰ, ਇੰਝ ਗੱਲ ਕਰੇਗਾ। ਮੂਵੀਮੈਂਟੋ ਜਦੋਂ ਮੂਵਮੈਂਟ ਕਰ ਰਿਹਾ ਲੀਕੁਇਡ ਵੈਰੀਫਿਕਾਨੋ ਜਿਹੜਾ ਮੌਜੂਦ ਹੈ ਇੰਤੇਰ ਨੂੰ ਸਿਰਬਾਤੋ ਹੀ ਉਹ ਟੈਂਕੀ ਦੇ ਵਿੱਚ ਵਿਨਕੋਲਾਤੋ ਇਹ ਛੱਲਾਂ ਮਾਰਦਾ ਰਿਮੋਰਕੀ 'ਚ, ਉਛਲਦਾ ਮਤਲਬ। ਦੌਰਾਂਤੇ ਜਿਸ ਟਾਈਮ ਕਾਂਬੀਆਮੈਂਟੋ ਚੇਂਜ ਕਰਦੇ ਹੋ, ਡਰੈਕਸ਼ਨ ਚੇਂਜ ਕਰਦੇ ਹੋ ਉਸ ਟਾਈਮ, ਫਰੇਨਾਤਾ ਬ੍ਰੇਕ ਮਾਰੋਗੇ ਉਸ ਟਾਈਮ, ਅਚੇਲੇ ਰਾਸੇ ਉਹਨੇ ਰੇਸ ਦਿਓਗੇ ਉਸ ਟਾਈਮ। ਸੋਨੂੰ ਮਾਜੋਰ ਕਾਊਜ਼ਾ ਜ਼ਿਆਦਾ ਸਬੱਬ ਬਣਦਾ ਹੈ ਇਨਸਟੈਬਿਲੀ, ਤਾਂ ਗੱਡੀ ਡੋਲ ਜਾਂਦੀ ਹੈ, ਕੰਪਲੇਸੋ ਵਹੀਕਲ, ਦੋਵੇਂ ਚੀਜ਼ਾਂ। ਕੰਪਲੇਸੋ ਦਾ ਮਤਲਬ ਹੁੰਦਾ ਹੈ ਗੱਡੀ ਵੀ ਅਤੇ ਰਿਮੋਰਕੀ ਵੀ, ਕੰਪਲੇਸੋ ਦੋਵੇਂ ਚੀਜ਼ਾਂ। ਅਜੀ ਟੈਂਕੀ ਦੇ ਵਿੱਚ ਤੁਸੀਂ ਲੀਕੁਇਡ ਭਰੇ ਆ? ਹਾਂਜੀ ਭਰੇ ਆ ਜੀ। ਜਦੋਂ ਜੀ ਡਰੈਕਸ਼ਨ ਚੇਂਜ ਕਰੋਗੇ, ਬ੍ਰੇਕ ਮਾਰੋਗੇ, ਰੇਸ ਦਿਓਗੇ, ਉਹਦੇ ਨਾਲ ਗੱਡੀ ਡੋਲੇਗੀ ਸਾਰੀ। ਹਾਂ ਵੇਰੋ, ਜੇ ਟੈਂਕੀ 'ਚ ਲੀਕੁਇਡ ਭਰੇ ਆ ਅਤੇ ਬ੍ਰੇਕ ਰੇਸ ਦੇ ਟਾਈਮ ਗੱਡੀ ਡੋਲੇਗੀ, ਇਨਸਟੈਬਿਲੀ ਤਾਂ ਵੀ ਅਨਬੈਲੈਂਸ ਹੋ ਜਾਣਾ। ਤਿੰਨ ਹੀ ਪਰੋਲੇ ਲੈ ਲਓ, ਜੇ ਟੈਂਕੀ 'ਚ ਲੀਕੁਇਡ ਭਰੇ ਆ ਅਤੇ ਬ੍ਰੇਕ ਰੇਸ ਦੇ ਟਾਈਮ ਦੋਵੇਂ ਚੀਜ਼ਾਂ ਡੋਲ ਜਾਣਗੀਆਂ, ਅਨਬੈਲੈਂਸ ਹੋ ਜਾਣਗੀਆਂ ਵੇਰੋ। ਇਸ ਤਰ੍ਹਾਂ ਦੇ ਵੈਸੇ ਸੇਮ ਉਹਨੇ ਫਾਲਸੋ ਨਹੀਂ ਬਣਾਇਆ। ਇਸ ਸਵਾਲ 'ਚ ਕੀ ਕਹੇਗਾ, ਇਹਦੇ 'ਚ